ਪਰਮ ਸਤਕਾਰਯੋਤ ਸਤਗੁਰਾਂ ਦੀ ਸਾਜਨੀਵਾਜੀ ਸਾਜ ਸੰਗਤ ਅਤੇ ਅੱਜ ਦੇ ਸਮਾਗਮ ਵਿੱਚ ਹਾਜ਼ਰੀ ਪਰੇ ਪਿਆਰੇ ਬੱਚਿਓ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਸਮਾਗਮ ਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਜੋ ਸਰਬੰਸ ਵਾਰਿਆ ਸਾਡੇ ਲਈ ਇਹ ਜੋ 15 ਵਾੜਾ ਚੱਲ ਰਿਹਾ ਹੈ ਗੁਰੂ ਸਾਹਿਬ ਦੇ ਚਾਰੋਂ ਲਾਲ ਇਹਨਾਂ ਦਿਨਾਂ ਵਿੱਚ ਸ਼ਹੀਦ ਹੋਏ ਮਾਤਾ ਗੁਜਰੀ ਜੀ ਸ਼ਹੀਦ ਹੋਏ ਇਹਨਾਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਅੱਜ ਦਾ ਇਹ ਸਮਾਗਮ ਰਚਾਇਆ ਗਿਆ ਹੈ ਬਹੁਤ ਧੰਨਵਾਦੀ ਹਾਂ ਵੀਰ ਜੀ ਅਸਨਾਂਝੀ ਦਾ ਆਪਣੇ ਵੀਰ ਹਰਜੀਤ ਸਿੰਘ ਹਰਮਨ ਜੀ ਦਾ ਜਿਨ੍ਹਾਂ ਨੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਵਾਏ ਹਨ ਉਕਮ ਅਨੁਸਾਰ ਇੱਕ ਰਚਨਾ ਕਲਕਿਤਾਰ ਦੇ ਛੋਟੇ ਲਾਲਾ ਦੀ ਸ਼ਹਾਦਤ ਪ੍ਰਤੀ ਤੜਨਾ ਸੰਜੀ ਕਰਾਂਗਾ ਉਸ ਤੋਂ ਪਹਿਲਾਂ ਇੱਕ ਦੋ ਸ਼ੇਰ ਤੁਹਾਡੀ ਨਜ਼ਰ ਵੀਰ ਜੀ ਇਜਾਜ਼ਤ ਹੈ ਜੀ ਵੀਰ ਜੀ ਕਰੋ ਜੀ ਕਰੋ ਜੀ ਕਰੋ ਕਲਗੀ ਵਾਲਿਆ ਕੇ ਪਿਤਾ ਆਪਣਾ ਕਲਗੀ ਵਾਲਿਆ ਵਾਰ ਕੇ ਪਿਤਾ ਆਪਣਾ ਇੱਕ ਨਵਾਂ ਇਤਿਹਾਸ ਰਚਾ ਗਿਆ ਤੂੰ ਦੇਸ਼ ਕੋਮਲਈ ਵਾਰ ਕੇ ਚਾਰ ਪੁੱਤਰ ਸਾਰੇ ਵਾਸਤੇ ਪੂਰਨੇ ਪਾ ਗਿਆ ਤੂੰ ਤਕ ਤਾ ਤ ਤੇ ਆਗ ਕੇ ਸ਼ੇਨ ਸ਼ਾਈਆਂ शन शैया जो कुछ कहा वो करके वखा गया तू ए किश्ता बिच तू करजा उतार नहीं साडे सिर ते करजा चढ़ा गया तू बचपन नीह दे खलार दिता ਜੰਗ ਵਿੱਚ ਜਵਾਨੀਆਂ ਵਾਰ ਦਿੱਤੀਆਂ ਉਹ ਪਿੱਛੇ ਕੋਈ ਨਿਸ਼ਾਨੀ ਨਾ ਰਹੇ ਬਾਕੀ ਉਹਨੇ ਚਾਰੇ ਨਿਸ਼ਾਨੀਆਂ ਵਾਰ ਦਿੱਤੀਆਂ ਪਿੱਛੇ ਕੋਈ ਨਿਸ਼ਾਨੀ ਨਾ ਰਹੇ ਬਾਕੀ ਉਨੇ ਚਾਰੇ ਨਿਸ਼ਾਨੀਆਂ ਵਾਰ ਦਿੱਤੀਆਂ ਐਸੇ ਸਰਬੰਸਦਾਨੀ ਪਿਤਾ ਨੂੰ ਯਾਦ ਕਰ ਰਿਹਾ ਇੱਕ ਹੋਰ ਬਾਨ ਸਾਹਿਬ ਜਿਆਦਾ ਪ੍ਰਤੀਤ ਨਜ਼ਰ ਕਰ ਰਿਹਾ ਲਖਨਾਲ ਮੁਕਾਬਲੇ ਕਰਕੇ ਤੇ ਲਖਨਾਲ ਮੁਕਾਬਲੇ ਕਰਕੇ ਤੇ ਦੋ ਦਸ ਮੇਸ਼ ਦੁਲਾਰੇ ਸ਼ਹੀਦ ਹੋ ਗਏ ਕਲਗੀ ਤਾਰੇ ਦੀਆਂ ਅੱਖਾਂ ਦੇ ਸਾਹਮਣੇ ਹੀ ਹੋ ਦੀ ਅੱਖਾਂ ਦੇ ਤਾਰੇ ਸ਼ਹੀਦ ਹੋ ਗਏ ਲਹੂ ਪੀਣੀ ਸਰਹੰਦ ਦੀ ਕੰਦ ਅੰਦਰ ਦੋ ਪੁੱਤਰ ਪਿਆਰੇ ਸ਼ਹੀਦ ਹੋਗੇ ਚਾਰ ਚੰਨ ਕੁਰਬਾਨੀ ਨੂੰ ਲਾਉਣ ਖਾਤਰ ਲਾਲ ਚਾਰੇ ਦੇ ਚਾਰੇ ਸ਼ਹੀਦ ਹੋਗੇ ਚਾਰ ਚੰਨ ਕੁਰਬਾਨੀ ਨੂੰ ਲਾਉਣ ਖਾਤਰ ਲਾਲ ਚਾਰੇ ਦੇ ਚਾਰੇ ਸ਼ਹੀਦ ਹੋਗੇ ਤੋਂ ਆ ਸਾ ਸੰਗਤ ਇੱਕ ਰਚਨਾ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਪ੍ਰਤੀ ਆਪਣੇ ਉਸਤਾਦ ਇੰਜੀਨੀਅਰ ਕਰਮਜੀਤ ਸਿੰਘ ਨੂਰ ਸਾਹਿਬ ਦੀ ਕਲਮ ਤੋਂ ਲਿਖੀ ਤੜੀ ਨਜ਼ਰਕਾਰ ਆ ਦੋ ਚਾਂਦਨੀ ਦੇ ਟੋਟੇ ਕੰਦਾ ਚੀ ਗਏ ਮढਾਈ ਦੋ ਚਾਂਦਨੀ ਦੇ ਟੋਟੇ ਕੰਦਾ ਚ ਗਏ ਮਢਾਈ ਸਿੱਖੀ ਦਮਹਿਲ ਜਾਗਤੇ ਸਿੱਖੀ ਦਮਹਿਲ ਜਾਗਤੇ ਫਿਰ ਕਿਉਂ ਨਾ جگਮਗਾਏ ਦੂ ਚਾਂਦਨੀ ਦੇ ਟੋਟੇ ਕੰਦਾ ਚ ਗਏ ਮਢਾਈ ਸਿੱਕੀ ਦਾ ਮੈਲ ਜਗਤੇ ਫਿਰ ਕਿਉਂ ਨਾ ਜਗਮਗਾਈ ਦੋ ਚਾਂਦਨੀ ਦੇ ਟੋਟੇ ਕੰਦਾ ਚ ਗਏ ਮਢਾਈ ਮੰਨ ਦੇਖਣਾ ਸਾ ਸੰਗਤ दादी ने चाई चाई पोते सजा के तोरे केसर दा लहू दे टिक्के लगा के तोरे टिक्के लगा के तोरे ਅਜ ਮੌਤ ਵਰਨ ਚੱਲੇ ਏ ਜ਼ਿੰਦਗੀ ਦੇ ਜਾਏ ਦੋ ਚਾਂਦਨੀ ਦੇ ਟੋਟੇ ਕੰਦਾਚ ਗਏ ਮੜਾਏ ਸਿੱਖੀ ਦਾ ਮੈਲ ਜਗਤੇ ਫਿਰ ਕਿਉਂ ਨਾ ਜਗਮਗਾਏ ਦੋ ਚਾਂਦਨੀ ਦੇ ਟੋਟੇ ਕੰਦਾਚ ਗਏ ਮੜਾਏ ਦੋ ਲਾੜੇ ਇਕ ਲਾੜੀ ਕਿਆ ਬਾਤ ਹੈ ਅਨੋਖੀ ਨਾ ਕੋੜੀਆਂ ਨਵਾਜੇ ਬਾਰਾਤ ਹੈ अनोखी ਕਿਸ ਤਰ੍ਹਾਂ ਦੇ ਭਰਾਤੇ ਨਾ ਕੋੜੀਆਂ ਨਵਾਜੇ ਦੋ ਲਾੜੇ ਛੋਟੇ ਸਹਿਬਜ਼ਾਦੇ ਤੇ ਮੌਤ ਨੂੰ ਵਿਹੌਣ ਚੱਲੇ ਨੇ ਦੋ ਲਾੜੇ ਇਕ ਲਾੜੀ ਕਿਆ ਬਾਤ ਹੈ अनोखी ਨਾ ਕੋੜੀਆਂ ਨਵਾਜੇ ਬਾਰਾਤ ਹੈ ਅਨੋਖੀ ਬਾਰਾਤ ਹੈ ਅਨੋਖੀ ਪਾਰਾ ਦੀ ਥਾਂ ਤੇ ਲਾਗੀ ਹਥਿਆਰ ਲੈ ਕੇ ਆਏ ਦੋ ਚਾਂਦਨੀ ਦੇ ਟੋਟੇ ਕੰਦਾ ਚ ਗਏ ਮੜਾਈ ਦੋ ਚਾਂਦਨੀ ਦੇ ਟੋਟੇ ਕੰਦਾ ਚ ਗਏ ਮੜਾਈ ਅਨੰਦ ਸਾਹਿਬ ਅਗਲਾ ਬੰਦ ਦੇਖਣਾ ਸੂਬੇ ਦੇ ਹੁਕਮ ਅੱਗੇ ਗਰਦਨ ਨਹੀਂ ਚੁਕਾਈ ਕਲਮਾ ਪੜਨ ਦੀ ਥਾਵੇ ਗੱਜਕੇ ਫਤਹਿ ਬੁਲਾਈ ਗੱਜਕੇ ਫਤਹਿ ਬੁਲਾਈ ਨਵੇਂ ਗੁਰਾਂ ਦੇ ਪੋਤੇ ਡੋਲੇ ਨਾ ਡਗਮਗਾਏ ਨਵੇਂ ਗੁਰਾਂ ਦੇ ਪੋਤੇ ਡੋਲੇ ਨਾ ਡਗਮਗਾਏ ਦੋ ਚਾਂਦਨੀ ਦੇ ਟੋਟੇ ਕੰਦਾਚ ਗਏ ਮੜਾਈ ਸਿੱਕੀ ਦਮਲ ਜਗਤੇ ਫੇਰ ਕਿਉਂ ਨਾ ਜਗਮਗਾਏ ਦੋ ਚਾਂਦਨੀ ਦੇ ਟੋਟੇ ਕੰਦਾਸ ਚ ਗਏ ਮੜਾਈ ਫੁੱਲ ਖਿੜੇ ਵੀ ਨਹੀਂ ਸੰ ਉਹ ਪਥਰਾਂ ਦੀ ਪੇਟ ਹੋ ਗਏ ਛੋਟੀ ਛੋਟੀ ਉਮਰਾਂ ਫੁੱਲ ਖਿੜੇ ਵੀ ਨਹੀਂ ਸੰ ਉਹ ਪਥਰਾਂ ਦੀ ਪੇਟ ਹੋ ਗਏ ਬਣ ਕੇ ਦੋਨੀ ਦੇ ਪੱਥਰ ਨੀਹਾਂ ਦੇ ਵਿੱਚ ਖਲੋਗੇ ਨੀਹਾਂ ਦੇ ਵਿੱਚ ਖਲੋਗੇ ਇਥੰ ਇਸ ਮਹਿਲ ਦੇ ਜਾਣੇ ਨਹੀਂ ਹਿਲਾਏ ਦੋ ਚਾਂਦਨੀ ਦੇ ਟੋਟੇ ਕੰਦਾਚ ਗਏ ਮੜਾਈ ਸਿੱਖੀ ਦਾ ਮਹਿਲ ਜਗ ਤੇ ਫੇਰ ਕਿਉਂ ਨਾ ਜਗ ਮਗਾਏ ਦੋ ਚਾਂਦਨੀ ਦੇ ਟੋਟੇ ਕੰਦਾਚ ਗਏ ਮੜਾਈ ਸੋ ਕੇ ਸਦਾ ਦੀ ਨੀਂਦੇ जगनू जगा गए ने सो के सदा नींदे जगनू जगा गए ने जून जोगे मर के जूना सिखा गए ने जूना सिखा गए ने ਉਨ ਸਰਕਲਮ ਕਰਾ ਕੇ ਜੋ ਪੂਰਨੇ ਨੇ ਪਾਏ ਦੋ ਚਾਂਦਨੀ ਦੇ ਟੋਟੇ ਕੰਦਾ ਚ ਗਏ ਮੜਾਈ ਦੋ ਚਾਂਦਨੀ ਦੇ ਟੋਟੇ ਕੰਦਾ ਚ ਗਏ ਮੜਾਈ ਸਾਸੰਗਤ ਰਚਨਾ ਦੇ ਆਖਰੀ ਬੋਲ ਤੁਹਾਡੀ ਨਜ਼ਰ ਕਰ ਰਿਹਾ ਹਾਂ ਪੋਤੇ ਸ਼ਹੀਦ ਹੋ ਕੇ ਦਾਦੇ ਦਾ ਰੂਪ ਹੋ ਗਏ ਪੋਤੇ ਸ਼ਹੀਦ ਹੋ ਕੇ ਦਾਦੇ ਦਾ ਰੂਪ ਹੋ ਗਏ ਜੋਤੀ ਚ ਜੋਤ ਰਲ ਗਈ ज्योति स्वरूप हो गए ज्योति स्वरूप हो गए ठंडे बुर्ज च अजवी ओही नूर चिलमिलाए ठंडे बुर्ज च अजवी ओही नूर चिलमिलाए ਦੋ ਚਾਂਦਨੀ ਦੇ ਟੋਟੇ ਕੰਦਾ ਚ ਗਏ ਮੜਾਏ ਸਿੱਖੀ ਦਾ ਮੈਲ ਜਗ ਤੇ ਫਿਰ ਕਿਉਂ ਨਾ ਜਗ ਮਗਾਏ ਦੋ ਚਾਂਦਨੀ ਦੇ ਟੋਟੇ ਕੰਦਾ ਚ ਗਏ ਮੜਾਏ ਦੂ ਚਾਂਦਨੀ ਦੇ ਟੋਟੇ ਕੰਦਾ ਚ ਗਏ ਮੜਾਈ ਸਿੱਕੀ ਦਮੈਲ ਜਾਗਤੇ ਫਿਰ ਕਿਉ ਨਾ جگਮਗਾਏ ਦੂ ਚਾਂਦਨੀ ਦੇ ਟੋਟੇ ਕੰਦਾ ਚ ਗਏ ਮੜਾਈ ਸੋ ਐਨੀ ਹਾਜ਼ਰੀ ਪ੍ਰਵਾਨ ਕਰਨੀ ਪੁੱਲਾ ਚੁੱਕਾਂ ਦੀ ਖੀਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਜੀ ਧੰਨਵਾਦ ਕਰਨ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਹੈ ਕਿ ਜਿਹਨੂੰ ਕਹਿੰਦੇ ਨੇ ਨਾ ਜੀ ਤੁਹਾਨੂੰ ਤੇ ਪਤਾ ਨਹੀਂ ਜਿੰਨੀ ਦੇਰ ਮਰਜ਼ੀ ਸੁਣ ਲਈਏ ਤੇ ਉਹ ਮੰਨ ਨਹੀਂ ਪਰਣਾ ਪਰ ਇੱਕ ਇੱਕ ਰਸਨਾ ਜਾਂ ਇੱਕ ਰਚਨਾ ਦੀ ਹੋਰ ਛੋਟੀ ਜੀ ਕਰੋ ਜੀ ਸੇਵਾ ਸੰਗਤਾਂ ਇੱਥੇ ਬੈਠੀਆਂ ਕਹਿ ਰਹੀਆਂ ਨੇ ਜੀ ਕਿ ਵੀਰ ਜੀ ਨੂੰ ਬੇਨਤੀ ਕਰੋ ਜੀ ਕਿ ਇੱਕ ਇੱਕ ਜੋ ਹੁਕਮ ਇੱਕ ਰਚਨਾ दशमेश ਪਿਤਾ ਦਾ ਹੀ ਜ਼ਿਕਰ ਕਰ ਰਹੇ ਹਾਂ ਉਹਨਾਂ ਦੇ ਲਾਲਾਂ ਦਾ ਜ਼ਿਕਰ ਕਰ ਰਹੇ ਹਾਂ ਇੱਕ ਰਚਨਾ ਤੁਹਾਡੀ ਨਜ਼ਰ ਕਰ ਰਿਹਾ ਹਾਂ ਤਤਾਰ ਦਸਵੇਂ ਪਾਸ਼ਾ ਦੀ ਕੇਵਲ 42 ਸਾਲ ਦੀ ਉਮਰ ਕੀ ਕੀ ਕੋਤਕ ਉਹਨਾਂ ਨੇ ਰਚਾਈ ਦਸਵੇਂ ਦਾਤਾ ਖੇਡਾਂ ਖੇਡੀਆਂ ਨਿਆਹਰੀਆਂ ਦਸਵੇਂ ਦਾਤਾ ਖੇਡਾਂ ਖੇਡੀਆਂ ਨਿਆਹਰੀਆਂ ਕੰਡਿਆਂ ਦੇ ਨਾਲ ਵੀ ਨਿਭਾਇ ਜਿਨੇ ਯਾਰੀਆਂ ਦਸਵੇਂ ਦਾਤਾਰ ਖੇਡਾਂ ਖੇਡੀਆਂ ਨਿਹਾਰੀਆਂ ਕੰਡਿਆਂ ਦੇ ਨਾਲ ਵੀ ਨਿਭਾਇ ਜਿਨੇ ਯਾਰੀਆਂ ਪਿਤਾ ਜੀ ਨੇ ਜੰਜੂ ਆਤੇ ਤਿਲਕਾ ਤੋਂ ਵਾਰਿਆ ਪਿਤਾ ਜੀ ਨੇ ਜੰਜੂ ਆਤੇ ਤਿਲਕਾ ਤੋਂ ਵਾਰਿਆ ਹਿੰਦਿਆਂ ਦੇ ਹੰਝੂਆਂ ਦਾ मुल दांाररां वटे सिर देरां वपारीअ सिर वटे सिर दे सिरां वपारियां कंडी ਨਿਭਾਇ ਜੀਨੇ ਯਾਰੀਆਂ ਦਸਵੇਂ ਦਾਤ ਕਿਡਾਂ ਖੇਡੀਆਂ ਨਿਆਰੀਆਂ ਕੰਡਿਆਂ ਦੇ ਨਾਲ ਵੀ ਨਿਭਾਇ ਜੀਨੇ ਯਾਰੀਆਂ ਟੁੱਟੇ ਟੁੱਟੇ ਹੋਗੇ ਪਾਵੇ ਜਿਗਰੇ ਦੇ ਟੋਟੇ ਸੀ ਵੱਡੇ ਚਮਕੌਰ ਸਰਹੰਦ ਵਾਰੇ ਛੋਟੇ ਸੀ ਅੱਜ ਸਿਓ ਨਾ ਲਾਲਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਆ ਟੋਟੇ ਟੋਟੇ ਹੋਗੇ ਉਹਦੇ ਜਿਗਰੇ ਦੇ ਟੋਟੇ ਸੀ ਵੜੇ ਚਮਕੋਰ ਸਰਹੰਦ ਵਾਰੇ ਛੋਟੀ ਸੀ ਸੋਲ ਜੈ ਫੁਲਾਂ ਆਏ ਸੋਲ ਜੈ ਫੁਲਾਂ ਲੱਖਾਂ ਓਕੜਾਂ ਸਹਾਰੀਆਂ ਕੰਡਿਆਂਦ ਨਾਲ ਵੀ ਨਿਵਯਾ ਜੀਨੇ ਯਾਰੀਆਂ ਦਸਵੇਂ ਦਾਤ ਖੇਡਾਂ ਖੇਡੀਆਂ ਨਿਆਰੀਆਂ ਕੰਡਿਆਂ ਦੇ ਨਾਲ ਵੀ ਨਿਵਯਾ ਜੀਨੇ ਯਾਰੀਆਂ ਇੱਕ ਹੋਰ ਬੰਦ ਦੇਖਣਾ ਸਾ ਸੰਗਤ ਸੂਲਾਂ ਉੱਤੇ ਸੋਕੇ ਵੀ ਦਾਤਾਰ ਰਹੇ ਹੱਸਦੇ ਰਜ਼ਾ ਵਿੱਚ ਰਹਿਣਾ ਰਹੇ ਖਾਲਸੇ ਨੂੰ ਦੱਸਦੇ ਰਜ਼ਾ ਵਿੱਚ ਰਹਿਣਾ ਰਹੇ ਖਾਲਸੇ ਨੂੰ ਦੱਸਦੇ ਖੀੜੇ ਮੱਥੇ ਸਈਆਂ ਉਹਨੇ ਕੋਲ ਦੁਸ਼ਵਾਰੀਆਂ ਖੀੜੇ ਮੱਥੇ ਸਈਆਂ ਯੋਨੇ ਕੋਲ ਦੁਸ਼ਵਾਰੀਆਂ ਕੰਡਿਆਂ ਦੇ ਨਾਲ ਵੀ ਨਿਭਈਆਂ ਜੀਨੇ ਯਾਰੀਆਂ ਦਸਮੀ ਦਾਤਾ ਪੱਕੇ ਸੀ ਇਰਾਦੇ ਪਾਵੇਂ ਉਮਰਾਸੀ ਕਚੀਆਂ ਸੂਬੇ ਨੂੰ ਸੁਣਈਆਂ ਗਲਾਂ ਪੁੱਤਾਂ ਤੇ ਰ ਸਚੀਆਂ ਕੀ ਕਹਿੰਦੇ ਨੇ ਛੋਟੇ ਛੋਟੇ ਲਾਲ ਸੂਬੇ ਨੂੰ ਅਸੀਂ ਆਸ਼ਿਕ ਤਰਮ ਦੇ ਹਾਂ ਤਰਮ ਤੋਂ ਮਰ ਮਿਟਣ ਵਾਲੇ ਅਸੀਂ ਆਸ਼ਿਕ ਤਰਮ ਦੇ ਹਾਂ ਤਰਮ ਤੋਂ ਮਰ ਮਿਟਣ ਵਾਲੇ ਤਰਮ ਨੂੰ ਛੱਡਿਏ ਇਹ ਗੱਲ ਤੂੰ ਬਿਲਕੁਲ ਉਲੀਕੀ ਨਾ ਸੋਚੀ ਵੀ ਨਾ ਤਰਮ ਨੂੰ ਛੱਡਿਏ ਇਹ ਗੱਲ ਤੂੰ ਬਿਲਕੁਲ ਉਲੀਕੀ ਨਾ ਇਹ ਤੋਣਾ ਸਾਡੀਆਂ ਜੁਦਾ ਕਰਦੇ ਸਰਾਂ ਤੋਂ ਅਸੀਂ ਦੂੜੀ ਕੀ ਨਾ ਅਸੀ ਦਾਦੀ ਨੂੰ ਕਹਿ ਆਏ ਹਾਂ ਹੁਣ ਸਾਨੂੰ ਉਡੀਕੀ ਨਾ ਕੀ ਕਹਿ ਰਹੇ ਨੇ ਪੱਕੇ ਸੀ ਇਰਾਦੇ ਪਾਵੇਂ ਉਮਰਾਸੀ ਕਚੀਆਂ ਸੂਬੇ ਨੂੰ ਸੁਣਾਈਆਂ ਗਲਾਂ ਪੁੱਤਾਂ ਤੇ ਹੀ ਸੱਚੀਆਂ ਲਾੜੀ ਮੋਤ ਵਰੀ ਰੱਖ ਸਦਰਾਂ ਗਵਾਰੀਆਂ ਕੰਡਿਆਂ ਦੇ ਨਾਲ ਵੀ ਨਿਭਿਆ ਜੀਨੇ ਯਾਰੀਆਂ ਰਚਨਾ ਦੇ ਆਖਰੀ ਬੋਲ ਤੁਹਾਡੀ ਨਜ਼ਰ ਕਰ ਰਿਹਾ ਟੇਕ ਮਜ਼ਲੂਮਾ ਰਖੀ ਤੇਰੇ ਦਰ ਬਾਰਤੇ ਮੋਤ ਮੰਡ ਰੌਂਦੀ ਹੀ ਤੇਰੇ ਪਰਵਾਰੀ ਤੇ ਇੱਕ ਮਜ਼ਲੂਮਾ ਰੱਖੀ ਤੇਰੇ ਦਰਬਾਰ ਤੇ ਮੋਤ ਮਡਰਉਂਦੀ ਰਹੀ ਤੇਰੇ ਪਰਵਾਰੀ ਤੇ ਕੁੱਤਾਂ ਦੀਆਂ ਜੋੜੀਆਂ ਤੂੰ ਹੱਸ ਹੱਸ ਵਾਰੀਆਂ ਪੁੱਤਾਂ ਦੀਆਂ ਜੋੜੀਆਂ ਤੂੰ ਹੱਸ ਹੱਸ ਵਾਰੀਆਂ ਕੰਡਿਆਂ ਦੇ ਨਾਲ ਵੀ ਨਿਭਿਆ ਜੀਨੇ ਯਾਰੀਆਂ ਦਸਵੇਂ ਦਾਤਾਰ ਖੇਡਾਂ ਖੇਡੀਆਂ ਨੇ ਯਾਰੀਆਂ ਕੰਡਿਆਂ ਦੇ ਨਾਲ ਵੀ ਨਿਭਾਇ ਜੀਨੇ ਯਾਰੀਆਂ ਕੰਡਿਆਂ ਦੇ ਨਾਲ ਵੀ ਨਿਭਾਇ ਜੀਨੇ ਯਾਰੀਆਂ ਸੋਹਣੀ ਹਾਜ਼ਰੀ ਪਰਵਾਨ ਕਰਨੀ ਪੁੱਲਾਂ ਚੁੱਕਾ ਦੀ ਖੀਮਾ ਫੇਰ ਕਦੀ ਮੌਕਾ ਬਣਿਆ ਤੇ ਤੁਹਾਡੇ ਦਰਸ਼ਨ ਜ਼ਰੂਰ ਕਰਾਂਗੇ ਵੀਰ ਜੀ ਨੂੰ ਬੇਨਤੀ ਹੈ ਕਦੀ ਆਪਣੇ ਸ਼ਹਿਰ ਵਿੱਚ ਜਰੂਰ ਦਾਸੀ ਹਾਜ਼ਰੀ ਲਵਾਇਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ